लौबा कुल वली कल हुज्जत बिन हसन सल्वत पाले वाला वही ही हाल हिसाब मुफी कुल साथ में साथ ले लो नहार वरियों वहाफिजों वकार मनास्तों वदलीलों में ना तत्स नहु मुर्सान वत्मत मुफिया तहिला या रब मोहम्मद वाल मोहम्मद वाजिम वजाल मोहम्मद मोहम्मद वाल मोहम्मद थोड़ा थोड़ा मिंबर आले पास नहीं बैठ उठते उत्थे आओ कादमी सर तुस इत्थे आओ तुस अगे आओ मेरा सरदार अगे आओ मैं घड़ी ला लेई पिछले दोस्तों उठी आओ यार मेहरबानी करो यार बड़ी मेहरबानी दुआए मालिक अल्लाह आज सब नो सेहत कामला अजला ता फरमाऊं तमाम हाजरीन दी हाजरी मौला इबादत दे शुमार इमाम हुसैन बादशाह इस वेड़े नूं तक कयामत बादशाह फरमावे मौला मेला दा मौला देवे बुरिस का मुरिस होवे बेगुनाह तेरी कैद रहा होवे इजाजत दे मैं नौकर शुरू करा मेरे जिस्म च जे तई शामिल सी सा सा विच नजफ दा शामिल सी میرے جسم چیتیں شامل سی مجلس پڑھن تے روح ہے جے تو دا سنن تے دل ہو میرے جسم چیتیں شامل سی سا سا وچ نجف دا توجہ پچھلے صاحبانی پہ فرمیندے میرے جسم چیتیں شامل سی سا سا وچ نجف دا شامل سی انہیں سمجھ سرات دی پھول دے بھی جے کو شامل سی وہ کو رحمت سی میں ولا پڑھداں میں ولا پڑھداں جی میری مجال لاکھ مجال ہزار مجال میرے جسم وچ جے تائیں شامل سی سا سا وچ نجف دا شامل سی ਇਵੇਂ ਸਮੇਂ ਸਿਰਾਤ ਦੀ ਪੁੱਲ ਤੇ ਵੀ ਜੇ ਕੋ ਸ਼ਾਮਿਲ ਸੀ ਉਹ ਕੋ ਰਾਹ ਮਿਲ ਸੀ ਇੱਥੇ ਚੌਧਰਾਟ ਤੇ ਵੱਡਾ ਪਨ ਤੇ ਵੇ ਕੋਈ ਨਾ ਹਰ ਬੰਦਾ ਆਉਂਦਾ ਪਿੰਨਣ ਮੰਗਣ ਦੀ ਗਰਜ਼ ਤੇ ਮੇਰਾ ਦਿਲ ਏ ਬਈ ਚਾਰ ਮਿਸਰੇ ਮੈਂ ਬਾਬਾ ਜੀ ਹੋਰ ਤਿਲਾਵਤ ਕਰਾਂ ਕਰੋ ਗੌਰ ਅੱਜ ਆਖਰੀ ਜ਼ਾਵੀ ਤੇ ਮੈਂ ਕੋ ਫਿਕਰ ਦਾ ਸਫ਼ਰ ਦਿਖਾਵਣ ਡਿਓ ਜੈ ਜਾ ਤੇ ਪੁੱਛ ਗੁੱਛ ਥੀਵਣੀ ਹੈ ਅੱਜ ਹਾਲ ਜ਼ਵਾਰ ਸੁਣਾਵਣ ਡਿਓ तवज्जो फरमाओ यार करो गौर अज आखरी जावी ते मैं को फिकर दा सफर दिखावण डो जे जा ते पुछ कुछ थीवणी है अज हाल जवार सुनावण डो जदा पुल ते कोई होबदार वैसी मिलसी पैगाम मलेका को शबीर दी मां पई आदि है ए मातमी है को आवण डो अल्लाह मौला तनु सलामत रखे जीवे मेरा वतन जीवे मेरा वसे मैं वतन दे हर आजादार नो अपना उस्ताद समझना जो तुम पे दुआवां दे के इत्थे तक पहुंचाए पढ़ो सलवात मोहम्मद वाले मोहम्मद दी जात चलो जिद्दी पढ़ो सर सल्ले अल्लाह मैं वला पढ़दा भाई आदन 17 वला पढ़ो पिछले दोस्त तुम्हारा ही प्रोग्राम है वल पढ़ो चलो इस तरह सुनो ओदे बाद चार मिसरे बै पढ़ करो गौर अज आखरी जावी ते मैं को फिकर दा सफर लिखावण डो जें जाते पुछ को थीमणी है अज हाल जवाब सुनावण डो
ਜਿਹਦਾ ਪੁੱਲ ਤੇ ਕੋਈ ਹੁਕਦਾਰ ਵੈਸੀ ਮਿਲ ਸੀ ਪੈਗਾਮ ਮਲੇਖਾ ਕੋ ਸ਼ਬੀਰ ਦੀ ਮਾਂ ਪਈ ਆਹਦੀ ਹੈ ਇਹ ਮਾਤਮੀ ਹੈ ਜੀ ਕੋ ਆਵਣ ਲਿਓ ਮੇਰੇ ਪਾਸ ਲਿਖੇ ਸ਼ਬੀਰ ਦੀ ਮਾਂ ਪਈ ਆਹਦੀ ਹੈ ਇਹ ਮਾਤਮੀ ਹੈ ਜੀ ਕੋ ਆਵਣ ਲਿਓ ਖੁਸ਼ ਥੀ ਕੇ ਆਕਸੀ ਖੁਦ ਖਾਲਿਕ ਖੁਸ਼ ਥੀ ਕੇ ਆਕਸੀ ਖੁਦ ਖਾਲਿਕ ਖੁਸ਼ ਥੀ ਕੇ ਆਕਸੀ ਖੁਦ ਖਾਲਿਕ ਇਹ ਭਰਮ ਪਿਆਰ ਤੇ ਭਰ ਛੋੜੋ ਮਹਬੂਬ ਦੀ ਧੀ ਇਹ ਖੁਸ਼ ਰਾਵੇ ਜਿਵੇਂ ਆਹਦੀ ਉਵੇਂ ਘਰ ਛੋੜੋ ਸਰਦੀ ਢੇਰ ਤਾਂ ਨਹੀਂ ਲੱਗਦੀ ਪਈ ਚਲੋ ਜਿਹੜੇ ਦੋ ਚਾਰ ਬੰਦੇ ਜੇ ਨਹੀਂ ਫੈਬੂ ਲੈਂਦੇ ਚਾਰ ਮਿਸਰੇ ਬਹਿ ਪੜੂ ਕਿਉਂ ਬੋਲਾਂ ਲਾਜੀ ਮਤੋਂ ਬੋਲ ਪਵੇ ਸਰ ਇਹ ਕੀ ਅਦਬ ਬਾਬਾ ਜੀ ਜਿਹੜੇ ਜ਼ਿਕਰ ਚ ਆਪ ਖੁਦਾ ਹੁੰਦਾ ਹੈ ਜਿਹੜੇ ਜ਼ਿਕਰ ਚ ਮੈਂ ਬਾਰ ਬਾਰ ਤਵੱਜੋ ਨਹੀਂ ਆਖਣੀ ਬਸ ਠੀਕ ਹੈ ਜਿਹੜੇ ਜ਼ਿਕਰ ਚ ਆਪ ਖੁਦਾ ਹੁੰਦਾ ਹੈ ਹੁੰਦਾ ਸੀਲਾ ਪੁੱਛਦਾ ਕਿਆ ਹੁੰਦਾ ਹੈ ਸਿਰ ਹਿਲਾਉਣਾ ਹੀ ਬਿਮਾਰੀ ਹੈ ਤਵੱਜੋ ਨਹੀਂ ਫਰਮਾ ਰਹੇ ਜਿਹੜੇ ਜ਼ਿਕਰ ਚ ਪਾਰੀ ਅੰਦਰ ਚਾਰ ਮਿਸਰੇ ਬਾਬਾ ਜੀ ਜਿਹੜੇ ਜ਼ਿਕਰ ਚ ਕਾਜ਼ਮ ਸਾਹਿਬ ਕੇ ਬੁਲਾ ਹਾਜ ਸਾਹਿਬ ਕੇ ਬੁਲਾ ਜਿਹੜੇ ਜ਼ਿਕਰ ਚ ਆਪ ਖੁਦਾ ਹੁੰਦਾ ਹੈ ਉਹਦਾ ਸਿੱਲਾ ਪੁੱਛਦਾ ਹੈ ਕਿਆ ਹੁੰਦਾ ਹੈ ਇੱਕ ਉਹ ਜਬ ਸਮਝ ਕੇ ਉਹ ਸੁਣਦਾ ਹੈ ਜਿਹਦੀ ਮਾਂ ਦਾ ਖੀਰ ਸਫਾ ਹੁੰਦਾ ਹੈ ਹੁਣ ਬੋਲਿਓ ਹੁਣ ਬੋਲਿਓ ਇੰਝ ਬੋਲੋ ਤੇ ਫਿਰ ਲੁਤਫ ਹੁੰਦਾ ਹੈ ਇੰਝ ਅਜ਼ਾਦਾਰ ਬੋਲਣ ਤੇ ਫਿਰ ਪੁਰਨ ਦੇ ਰੂਹ ਲੱਗਦਾ ਹੈ ਇੱਕ ਸਲਵਾਤ ਪੜੋ ਬੁਲੰਦ ਆਵਾਜ਼ ਨਾਲ ਔਜ਼ ਬਿੱਲਾਹੀ ਮਿਨ ਸ਼ੈਤਾਨ ਰਜੀਮ ਬਿਸਮਿਲ੍ਲਾਹਿ ਰਹਿਮਾਨ ਰਹੀਮ ਬੁਲੰਦ ਸਲਵਾਤ والسلام على اشرف الانبياء والمرسلين رائے حیدری الذي قيل في شأنه وما ارسلناك إلا رحمة للعالمين وجي سلوى جیبو تسا زندہ باد شبیر سردار دے ماتمی زندہ باد عزادار زندہ باد پھر دعا ہے مولا میرے چاچے جی نو صحت کاملہ عطا فرماؤ ਇਸ ਜ਼ਿਕਰ ਦਾ ਸਵਾਬ ਜਿਤਨੇ ਮਰਹੂਮੀਨ ਹਨ ਮੌਲਾ ਉਹਨਾਂ ਦੇ ਰੂਹ ਨੂੰ ਪਹੁੰਚਾਵੇ ਇਜਾਜ਼ਤ ਦਿਓ ਤਾਂ ਮੈਂ ਤੁਹਾਨੂੰ ਨਬੀ ਪਾਕ ਦੀ ਇੱਕ ਨਾਤ ਸੁਣਾਵਾਂ ਬੋਲੋ ਤਾਂ ਸਹੀ ਬਾਬਾ ਪੱਕੋ ਪਾਕ ਨਬੀ ਦੀ ਪਾਕ ਨਾਤ ਸੁਣਾਵਾਂ ਇਤਰਾਜ਼ ਹੈ ਇੱਕ ਸਾਡੇ ਉੱਤੇ ਬਸ ਠੀਕ ਹੈ ਮੈਂ ਅੱਜ ਸਰਦੀ ਥੋੜ੍ਹੀ ਚੌਖੀ ਮੈਂ ਆਰਾਮ ਆਰਾਮ ਨਾਲ ਸੁਣੋ ਅਸੀਂ ਵੀ ਆਰਾਮ ਆਰਾਮ ਨਾਲ ਪਰਸੋਂ ਜੇ ਤੁਸੀਂ ਤਿੱਖੀ ਦਾਤ ਕਰੋ ਸਨ ਮੁੜ ਅਸਾਂ ਤਿੱਖੇ ਹੋਏ ਸਾਂ ਤੈਨੂੰ ਤਾਂ ਮੁੜ ਆਰਾਮ ਆਰਾਮ ਨਾਲ ਕਿਉਂ ਜੀ ਕਾਦਮੀ ਸਾਹਿਬ ਕੋਈ ਬੋਲਾ ਹਾਂ ਬਸ ਠੀਕ ਇਹ ਮੇਰਾ ਘਰ ਹੈ ਮੈਂ ਬਾਣੀ ਦੀ ਹੈਸੀਅਤ ਨਾਲ ਹਾਜ਼ਰ ਖਿਦਮਤ ਹਾਂ ਬਸ ਕਿਸੇ ਗੱਲ ਦੇ ਬਗੈਰ ਮੈਂ ਤੁਹਾਨੂੰ ਪਾਕ ਨਬੀ ਦੀ ਪਾਕ ਨਾਤ ਸੁਣਾਵਾਂ
ਆਦਿਨ ਜੀ ਜਿਹੜੇ ਸ਼ੀਆ ਦੇ ਜ਼ਾਕਿਰ ਇਹਨਾਂ ਇਹ ਨਬੀ ਪਾਕ ਦੀ ਤਾਰੀਫ ਨਹੀਂ ਕਰਦੇ, ਜੇ ਕੋਈ ਕਰੇ ਹੀ ਸਹੀ ਤਾਂ ਸ਼ੀਆ ਸੁਣ ਕੇ ਨਾਤ ਬੋਲਦੇ ਨਹੀਂ। ਅਤੇ ਮੇਰਾ ਦਿਲ ਹੈ ਮੈਂ ਤੁਹਾਨੂੰ ਨਬੀ ਪਾਕ ਦੀ ਨਾਤ ਸੁਣਵਾਵਾਂ, ਦੇਦੇ ਬਈ ਆਓ ਮੇਰੇ ਸੁਣੀ ਵੀਰਾ ਦੇਖੋ ਬਈ ਅਸਾਂ ਨਾਤ ਪੜ੍ਹਦੇ ਕਿਵੇਂ ਅਤੇ ਅਸਾਂ ਨਾਤ ਸੁਣਦੇ ਕਿਵੇਂ। ਤਵੱਜੋ ਹੈ ਵੇਖੋ, ਪਹਿਲੀ ਸੱਤਰ 'ਤੇ ਪਤਾ ਚੱਲ ਪਿਆ ਸੀ, ਪੜ੍ਹੋ ਸਲਵਾਤ ਬੁਲੰਦ ਆਵਾਜ਼ ਨਾਲ, ਅੱਧੇ ਸਲਵਾਤ ਪੜ੍ਹਦੇ ਅੱਧੇ ਨਹੀਂ ਪੜ੍ਹਦੇ, ਸਾਰੇ ਪੜ੍ਹੋ ਅਤੇ ਉੱਚੀ ਪੜ੍ਹੋ ਅੱਲਾਹੁਮਾ। ਇਜਾਜ਼ਤ ਹੈ ਜੀ ਗੱਲ ਸ਼ੁਰੂ ਕਰੀ ਹਾਂ। ਨਬੀ ਖਲਿਲ ਸਾਰੇ ਸਰ ਝੁਕਾ ਕੇ, ਵੇਖਣਾ ਜ਼ਰਾ ਸੱਤਰ ਦਾ ਲੁੱਥ ਕਿਹੜਾ ਕਿਹੜਾ ਬੰਦਾ ਲੈਂਦਾ। ਨਬੀ ਖਲਿਲ ਸਾਰੇ ਸਰ ਝੁਕਾ ਕੇ ਜੋ ਸੈਯਦੁਲ ਮੁਰਸਲੀਨ ਆ ਗਏ, ਨਬੀ ਖਲਿਲ ਸਰ ਝੁਕਾ ਕੇ ਜੋ ਸੈਯਦੁਲ ਮੁਰਸਲੀਨ ਆ ਗਏ, ਨਬੀ ਖਲਿਲ ਸਰ ਝੁਕਾ ਕੇ ਜੋ ਸੈਯਦੁਲ ਮੁਰਸਲੀਨ ਆ ਗਏ, ਨਬੀ ਖਲਿਲ ਸਰ ਝੁਕਾ ਕੇ ਜੋ ਸੈਯਦੁਲ ਮੁਰਸਲੀਨ ਆ ਗਏ, ਨਬੀ ਖਲਿਲ ਸਾਰੇ ਸਰ ਝੁਕਾ ਕੇ ਹੁਣ ਪਤਾ ਲੱਗ ਸੀ ਜੋ ਕਹਿਕੂ ਕਹਿਕੂ ਸਰ ਦੀ ਢੇਰ ਲੱਗੀ ਬੈਠੀ ਕਾਜ਼ਮ ਸਾਹਿਬ ਦਿਖਾਵਾਂ ਜੋ ਆਸ਼ਿਕ ਰਸੂਲ ਕਿੱਥੇ ਬੈਠੇ ਤੇ ਗੁਲਾਮ ਰਸੂਲ ਕਿੱਥੇ ਬੈਠੇ। ਨਬੀ ਖਲਿਲ ਸਾਰੇ ਸਰ ਝੁਕਾ ਕੇ ਜੋ ਸੈਯਦੁਲ ਮੁਰਸਲੀਨ ਆ ਗਏ, ਨਬੀ ਮੈਨੂੰ ਵੇਖੇ ਬਾਊਆ ਜੋ ਸੈਯਦੁਲ ਮੁਰਸਲੀਨ ਆ ਗਏ, ਮੇਰੀ ਖੁਦਾਈ ਕੋ ਭਾਗ ਲਗੇ ਸਿਲ, ਮੇਰੀ ਖੁਦਾਈ ਕੋ ਭਾਗ ਲਗੇ ਸਿਲ, ਖੁਦਾ ਕੋ ਅੱਜ ਇਹ ਯਕੀਨ ਆ ਗਏ। ਤਵਜੋ ਏ ਇਹ ਦਾਤ ਠੀਕ ਹੈ, ਸੋਹਣੀ ਸੋਹਣੀ ਦਾਤ ਹੈ, ਸੋਹਣੀ ਸੋਹਣੀ ਸੁਣੋ ਸਮਝੋ ਫਿਰ ਬੋਲੋ। ਇਹ ਲੁਤਫੇ ਕਿਆ ਬਾਤ ਹੈ ਤੁਹਾਡੇ ਸੁਣਨ ਦੀ, ਮੇਰੀ ਖੁਦਾਈ ਕੋ ਭਾਗ ਲਗ ਸਨ, ਖੁਦਾ ਕੋ ਅੱਜ ਇਹ ਯਕੀਨ ਆ ਗਿਆ। ਸਰੇ ਕੀ ਹੈ ਸਾਰੀ ਮੁਲਤਾਨ ਦੀ ਜ਼ਬਾਨ ਯਾਰ, ਪੂਰੇ ਮੁਲਕ ਵਿੱਚ ਇਹਨਾਂ ਗੱਲਾਂ 'ਤੇ ਦਾਤ ਕੀਤੀ ਹੈ। ਜਿਹੜਾ ਮੈਂ ਸ਼ੇਰ ਪੜ੍ਹਨ ਲੱਗਾ, ਐਸੇ ਸ਼ੇਰ ਲਿਖੀਂਦੇ ਘੱਟ ਨੇ ਪੜ੍ਹੀਂਦੇ ਘੱਟ। ਲਾਲਾ ਜੀ ਬਾਬਾ ਜੀ ਤਵੱਜੋ ਸਨ, ਲਫ਼ਜ਼ ਮੁਹੰਮਦ ਚਾਰ ਹਰਫ ਮਿਲਣ, ਲਫ਼ਜ਼ ਮੁਹੰਮਦ ਬਣੇ ਕਿਤਨੇ ਬੋਲੋ ਤਾਂ ਸਹੀ, ਚਾਰ ਹਰਫ ਮਿਲਣ ਕਿਹੜੇ ਕਿਹੜੇ ਹਰਫ, ਮੀਮ ਇੱਕ, ਹੇ ਕਿਤਨੇ ਹੋ ਗਏ, ਹੌਲੇ ਹੌਲੇ ਬੋਲੋ ਹੌਲੇ ਹੌਲੇ ਥੋੜ੍ਹਾ ਜਿਹਾ ਚੋਖਾ ਦੋ, ਹਾਂ ਠੀਕ, ਮੀਮ ਕਿਤਨੇ ਹੋ ਗਏ, ਅੱਗੋਂ ਕਿਆ ਆਇਆ ਦਾਲ। ਲਓ ਸ਼ੇਰ ਪੜ੍ਹਨ ਲੱਗਾ, ਜਿਹੜੇ ਬੰਦੇ ਤਰੇ ਤਰੇ ਸਾਲ ਤੋਂ ਚੁੱਪ ਵਧਣ, ਗੱਲ ਨਹੀਂ ਹਾਂ ਬੰਦਿਆਂ ਨਾਲ, ਉਹ ਕਿਵੇਂ ਨਾ ਬੋਲਣ। ਆਓ ਜੀ ਪੂਰੀ ਤਵੱਜੋ ਚਾਹਨਾ, ਲਫ਼ਜ਼ੇ ਮੁਹੰਮਦ ਚਾਰ ਹਰਫਾਂ ਦਾ ਮਜਮੂ ਹੈ, ਸਰਚਾਓ ਬਾਬਾ ਜੀ ਲੁਤਫ ਲੈਣਾ ਇਹਨਾਂ ਚਾਰ ਹਰਫਾਂ ਨੂੰ, ਮੇਰਾ ਦਿਲ ਹੈ ਮੈਂ ਸਜਾ ਕੇ ਪੜ੍ਹਾਂ। ਦੋ ਦਫ਼ਾ ਜੋ ਮੀਮ ਆਇਆ ਹੈ ਇਹਦਾ ਮਕਸਦ ਕਿਆ ਹੈ, ਤਵੱਜੋ ਰਹੇ। ਲਓ ਮੇਰੇ ਪਾਸ ਦੇਖਣਾ, ਐਸੀ ਨਾਤ ਪੜ੍ਹਾਂ ਜੋ ਠੇਕੇਦਾਰ ਹੀ ਨਾ ਪੜ੍ਹ ਸਕੇ, ਮੈਨੂੰ ਮੈਂ ਕਹਾਂ ਬਾਊਂਗਾ ਸਰ ਜਾਓ। ਲਾਲਾ ਜੀ
لفظ محمد چار حرفاں دا مجموعہ ہے سرچو میں نے چار حرفاں نو سجا کے پڑھا اے میم تو مولا مرتضی دا تے تو نانا حسن رضا دا میں وہ بندہ ویکھن دے میں وہ بندہ ویکھن دے جڑا ہاتھ نہیں کھلے دا سرچو بڑی مہربانی پوری توجہ دے طالباں اے میم تو مولا مرتضی شفا دا تے میم تو ماہلا الادا تے دال تو بنیا در شفا دا اوہ نبوت دا تاج پا کے اوہ نبوت دا تاج پا کے ادن تو نور مبین آ گئے انج بولو نا مہربانی حضور جیو کوشش کرو کوشش کرو اتھائی رلے اندے رلے یا علی آکھ لے کرو جھاکا لے ویسی اتھائی اے علی اتھائی اجھاکا لے ویسی نا تے مڑ قبر جسانی ہو سی اتھے تو اس وقت کھلے لگ دے راسن جے تھائی ناکسو علی حق دا امام ہے اتھائی پکا لے آؤ جڑے بندے نبی پاک دی نعت سن جان دے ہو میرا دل چاہندا ہے میں اپنی پاک سین اپنے آقا دی پاک اما دی زبانی باو جی نعت پڑھنا چاہنا بارہ ہووے یا ستارہ ہووے سرکار اے سرکاری دورے تھے جیو اذان ہو رہی اللہ زندگی پیر ہوئے مولا تون رنگ لاوے سدا سکھی رہو بس ہوں میرے دل میں قصیدہ سنا وا جناب حشام بن عبد الملک مشوار کرو
اس دا دل بن گیا میں حج کراں حجر اسود دا بوسا گنا کعبے دے نیڑے آیا اس ڈٹھا لوگاں دا رش اس سوچیا بھئی انج میں پتھر نہیں چوم سکدا پچھاں ہٹ کے کعبے دی دیوار نال بہ گیا اس دا سوچ آئی بھئی رش ہلکا ہو سی بندے تھوڑے ہو سن میں ود حج کر گن سا پتھر دا بوسا گن گن سا نال اس تے آ کے سفیر روم بہ گیا کتنے بندے ہو گئے بلیندے کیوں نہیں ہوئے لوگ آندے پہن کوئی اندے ہاتھ چمدہ ہے کوئی اندے پیر چمدہ ہے تظیم پہ ہوں دی یہ بڑا مطمئن بیٹھائی حرامی اپنے آفج اس دور دا ایک شعر ہے جس دا نام لکھ دن فرزدق پڑھیا جاندہ ہے فرزدق ہاں جی آ کے بہ گیا کتنے بندے ہو گئے تھوڑی دیر بعد ایڈو رش ختم ہویا رش ہٹیا ایک سفید لباس شہزادہ زہر تھیا دنیا شام نو چھوڑ دیتا شہزادے والے پاسے بندے بھج پئے کوئی ہاتھ چمدا ہے کوئی پیر چمدا ہے توجہ رکھنا بابا جی بڑی دیر ایویں ہوندا رہیا سفیر روم ہشام نو دے دریا یہ دا رنگ پیلا ہو گیا ہشام دا میں کالا نیلا ہو گیا سفیر روم آگیا ہلو جاگ بے اسے کہ جاگ دا اس وقت تو کیا ہے اسے کہ میں بادشاہ ہاں ایک کون ہے جنہوں دنیا پہ جھک دیئے توجہ رکھو یار ایک کون ہے جنہوں دنیا پہ جھک دیئے اسے کہ جی میں بیا تو کچھ نہیں جاندہ اے عرب دے کسے وڈے گھر دا فرد ہو سی بھائی تصور عرب دے کسے وڈے گھر دا فرد ہو سی سفیر روم دے بکواس بند کر تیرے منہ چ منافقت دی گو پئی آ میرے پاس ایک اباسی دے کنٹرول رکھ مجلس سن تیرے منہ چ منافقت دی گو آندی اس کے بس میں ایو کچھ جاننا اے بیٹھے فرزق شاعر اس تو پوچھ اے اس خاندان نو بہتر جاندا اے وی ہائی اس تو پوچھ لے یہ جڑا شہر ہے یہ پاکاں دے منن والا ہے سفیر روم اس دے پاسے بیٹھا پر سب تو جاننا ہے شہزادہ کون ہے اپنے آپ نو دے الحمدللہ بڑا سونا موقع بھائی قصیدہ پڑھن دا میرے پاس دیکھیں بڑا سونا موقع ہے قصیدہ پڑھن دا پتہ دے اللہ سائیں انشاءاللہ میں قصیدہ پڑھ گی نا تے اے سن گنے سفیر روم آگے جلدی رسا اے شہزادہ کون ہے سفیر روم پوچھے اے شہزادہ کون ہے اتھے سننا لے بایا اتھے تو سارے اپنے بیٹھے نا تو ڈاس شہزادہ کون ہے اسے لے پاکاں دا شہر اٹھے تعارف کرایا سنائیے بولو تو صحیح فرانٹے جب آئے کے ہاں یا چھوڑے تیر نا جڑا تعارف بابا جی فرزق نے کرایا فرزق آدھے چوڑاں دا زینے ابن حسین 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 چوڑاں دا زینے روح لوے سو تا پڑی سا چوڑاں دا زینے چوڑاں دا زینے ابن حسین چوڑاں دا زینے جیو ہاتھ کھڑا کرو حیدری یسرب تشائے صدقے انہاں دے عرض و سمائے صدقے سنے بھائی صدقے انہاں دے عرض و سمائے حق دا ولیے چوتھا علیے نائب خدائے کعبہ انہاں دی آمد دی جائے سبحان اللہ جیو زندگی آؤ بھائی میں وطن تے راضی ہاں
सबक ठीक पे पढ़ना। बोलो तो सही यार। जियो जियो। जियो जिंदगियां। लाला जी बड़ी मेहरबानी मेरे बड़े भाई, बहुत बड़े शायर फरजक दे हाथ जोड़ गए इंज भाई नहीं मौला बछड़ा रेवी इंज हाथ जोड़ गए शहजादे वाले पासे टुर पिया। मजीद तारफ करावा बुजुर्गों तो पता चल गया है जो मैं क्या पढ़ना चाहना। बाबा जी इंज हाथ जोड़ गए फरजक दे शहजादे वाले पासे टुर पिया। हशाम गुआ के दे किन पिया वेने जना हशाम आखे किन पिया वेने उसले पाका दा शेर एदे पासे दे के दे परे हट जाओ आले नबी दी औलाद आ गए पर हट कमीना सज्जाद आ गए। ओ जियो मुल्तान जीवे मेरा मुल्तान। क्या बात जियो बिस्मिल्लाह तोड़ता ही नहीं मैं अगले बंदे दा जाकर नहीं मैं सारे मजमे दा जाकर हां सर जी। जियो जियो जिंदगी आवनी पूरे मुल्क थोड़ी दुआ दा सदका बहन बिरा नौकरी लाइए जो बंदा कदे सबक सुनावन आवे सी तां सुनिया करो। सर चौमो वालियो शेर मुला दो मैं दोबारा पढ़दा आले नबी दी औलाद आ गए पर हट कमीना सज्जाद आ गए आले नबी दी औलाद आ गए पर हट कमीना सज्जाद आ गए। मैं बन के मंगसा कदमा ते झुकसा मैं बन के मंगसा कदमा ते झुकसा हाजत रवाए डाडे दवांगू मुश्किल कुशाए। अजी कुछ बंदे सेरा लेने जबान नाल नहीं बोलेंदे। सर चाओ शेर मुला दो कोई इंतजार नहीं। लाला जी माफी मांग के अगला शेर पढ़ने लगा मेरे पास से वेखना है। इस आखे लोग इस नू आबिद सड़े दिन ते सज्जाद क्यों सड़े है लोग इस नू आबिद सड़े दिन तैं सज्जाद क्यों सड़े। सर चौ मवालियो लोग इस नू आबिद सड़े दिन तैं सज्जाद क्यों सड़े। उसले पाकां दा शहर इहदे पासे देख के गल करन लगियां भाई दुनिया ते आबिद आबिद सड़े दिल सजदे वी को सजदा करे दे। हाथ खड़ा है दरी बहुत बड़ी मेहरबानी पूरी तवज्जो चना दुनिया दे आबिद आबिद सड़े दे सजदे वी को सजदा करे दे। बिस्मिल्लाह ते रूहानियत ते आबिद सड़े दे सजदे वी को सजदा करे दे। इस्लाम ए ते इमाम ए इस्लाम ए बिस्मिल्लाह दारुल शिफाए अल्लाह ते ईदी साझी रजा। जियो बहुत बड़ी मेहरबानी आशिक कुबला मौला दारुल शिफा दे सदके मेरे चाचू नु शिफाए कामला अजला है। जी ने रहो इस आखे अशाम भाई नहीं अशाम बगैरत बकवास करके दे काबे दा चाबी बरदार माया। जी जी मैं वाल पढ़दा मैं जो नौकर हाँ मेरी जो नौकरी है मैं क्यों ना करा। वेखो आजादा रो भी रहने ते दुआ भी कर रहे ने। मैं नौकर हाँ मैं वाल पढ़ लेना दुनिया दे आबिद आबिद सजदे दे सजदे वी को सजदा करे दे। ओ दुनिया दे आबिद आबिद सजदे दे सजदे वी को सजदा करे दे। इस्लाम ए ते इमाम ए इस्लाम ए ते इमाम ए दारुल शिफा ए अल्लाह ते ईदी साझी रजा ए। क्या बात है क्या बात है किड़ी कबूलियत वाली मजलिस बिस्मिल्लाह थोड़ी खैर होवे। अगला शेर सुनो अदे काबे दा चाबी बरदार मैं हजरे असवद ते कब्जा मेरा। बाबा जी सफा ते मरवा ते कब्जा मेरा तू आदे अल्लाह तेंदी सांझी रजाए। उसले पाकां दे शहर नू जलाल आए तसव्वुर फेराओ
ਇਹਦੀ ਅੱਖੇ ਚੱਕ ਪਾ ਕੇ ਦੇ ਅਰਸ਼ ਤੇਰੀ ਹੋਵੇ ਪਈਆ ਸੁਣ ਆਈ ਸ਼ਾਮ ਤੇਰਾ ਨਾ ਕਿਸ ਗਿਆ ਲੈ ਤੂੰ ਨਜਸ ਪੈ ਕਰ ਜ਼ਹਰਾ ਦਾ ਲਾਲ ਬੜਾ ਕੰਜੂਸ ਹੈ ਉਹ ਬੰਦਾ ਜਿਹੜਾ ਇਹਦੇ ਸੋਹਣੇ ਮਾਹੌਲ ਚ ਨਹੀਂ ਪਿੰਨ ਸਕਦਾ ਬੜੀ ਮਿਹਰਬਾਨੀ ਪੂਰੀ ਤਵੱਜੋ ਜ਼ਿੰਦਗੀਆਂ ਵੇਨ ਸਵਾਰੀ ਜ਼ਿੰਦਗੀ ਹੋਵੇ ਖੈਰ ਹੋਵੇ ਹਾਏ ਸ਼ਾਮ ਤੇਰਾ ਨਾ ਕਿਸ ਗਿਆ ਲੈ ਤੂੰ ਨਿਜਸ ਪੈ ਕਰ ਜ਼ਹਰਾ ਦਾ ਲਾਲ ਤੇਰੇ ਜੈ ਇਨਾ ਦੇ ਮੇਰੇ ਜੈ ਇਨਾ ਦੇ ਤੇਰੇ ਜੈ ਇਨਾ ਦੇ ਮੇਰੇ ਜੈ ਇਨਾ ਦਰਦੇ ਕਦਾਏ ਇੱਕ ਅਰਸ਼ ਝੁਕਦੇ ਨੇ ਉਹ ਸ਼ਹਿਨਸ਼ਾਹ ਕਿਆ ਬਾਤ ਹੈ ਬਿਸਮਿਲਾ ਸ਼ਬ ਜੀਓ ਬਈ ਰਾਜ਼ੀਆਂ ਰਾਜ਼ੀਆਂ ਆਖੋ ਉਹ ਸ਼ੇਰ ਪੜਾਂ ਬਾਬਾ ਜੀ ਹਾਂਜੀ ਉਹ ਸ਼ੇਰ ਪੜਾਂ ਜਿਸ ਵਾਸਤੇ ਮੈਂ ਇਹ ਸ਼ੇਰ ਪੜਨ ਜਿਸ ਸ਼ੇਰ ਦੀ ਖਾਤਰ ਮੈਂ ਇਹ ਦੋ ਸ਼ੇਰ ਪੜਨ ਤਿੰਨ ਉਹ ਸ਼ੇਰ ਪੜੀਏ ਫਿਰ ਤਾਂ ਕਹਤਾ ਇਹਦਾ ਅਸੀਂ ਇੱਥੇ ਕੀ ਕਰਨ ਆਇਆ ਵੇ ਤਵੱਜੋ ਰੱਖਣਾ ਬਾਈ ਇੱਥੇ ਕਿਆ ਕਰਨ ਆਇਆ ਵੇ ਬਾਈ ਮੇਰਾ ਵਤਨ ਅੱਜ ਮੈਨੂੰ ਪੂਰੇ ਖਲੂਸ ਨਾਲ ਸੁਣ ਰਹੇ ਤੁਹਾਡੀ ਜ਼ਿੰਦਗੀ ਹੋਵੇ ਇੱਥੇ ਕਿਆ ਕਰਨ ਆਇਆ ਵੇ ਤੁਸੀਂ ਕਹੇ ਇੱਥੇ ਪੱਥਰ ਚੁੰਮਣ ਆਈ ਹਜਰੇ ਅਸਵਦ ਦਾ ਬੋਸਾ ਕਿਨਣ ਆਈ ਬਈ ਤਿਆਰ ਕਿਉਂ ਨਹੀਂ ਆ ਚੁੰਮਿਆ ਉਸਾ ਕਿ ਰਸ਼ ਦੀ ਵਜ੍ਹਾ ਤੋਂ ਪਿੱਛਾ ਬਹਿ ਗਈਆਂ ਕਦਾ ਚੁੰਮਸੇ ਉਸਾ ਕਿ ਰਸ਼ ਹਟ ਸੀ ਰਸ਼ ਮੁੱਕ ਸੀ ਵੱਧ ਚੁੰਮ ਗਿਰ ਸਮ ਮੇਰੇ ਪਾਸ ਦੇਖਣਾ ਬਈ ਗੱਲ ਜ਼ਮੀਨ ਤੇ ਨ ਜਾਵੇ ਹੱਥ ਵਧੀ ਖੜਾ ਰਸ਼ ਖਤਮ ਹੋ ਸੀ ਵੱਧ ਚੁੰਮਸਾ ਉਸ ਵੇਲੇ ਫਰਜ਼ਾ ਕਹਦਾ ਤੂੰ ਤਾਂ ਲੋਕਾਂ ਦੇ ਇੰਤਜ਼ਾਰ ਜੋ ਲੋਕ ਹੱਟ ਸਨ ਵੱਧ ਚੁੰਮਸਾ ਆ ਮੈਂ ਤੈਨੂੰ ਦੱਸਾਂ ਇਹ ਹਸਤੀ ਕੌਣ ਏ ਇਹ ਉਹ ਇਮਾਮ ਏ ਜੇ ਕਰ ਚਾਵੇ ਇਹ ਹਜਰੇ ਅਸਵਦ ਖੁਦ ਟੁਰ ਕੇ ਆਵੇ ਓ ਸੁਭਾਨ ਅੱਲਾ ਸੁਭਾਨ ਅੱਲਾ ਸੁਭਾਨ ਅੱਲਾ ਮਰਹਬਾ ਜੀਓ ਜ਼ਿੰਦਗੀਆਂ ਪਿਛਲੇ ਤੂੰ ਹੀ ਆਚਾ ਛੋੜੋ ਹੈ ਦਰੀ ਜ਼ਿੰਦਗੀਆਂ ਨੇ ਮੈਂ ਵਲਾ 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 ਪੜਦਾ ਵਲਾ ਪੜਦਾ ਪਿਛਲੇ ਮਹੱਲੇ ਵਾਲਿਆਂ ਤੋਂ ਪੁੱਛ ਰਹੇ ਹੋ ਕਿ ਦਾਦ ਨਾ ਘਟਾ ਰਹੇ ਮੈਨੂੰ ਵਲਾ ਪੜਦਾ ਬਿਸਮਿਲਾ ਬਾਬਾ ਤੁਹਾਡੀ ਖੈਰ ਹੋਵੇ ਮੈਂ ਵਲਾ ਪੜ ਦੇਣਾ ਪਰ ਜਗਾ ਦੇ ਓਏ ਓ ਇਮਾਮ ਜੇ ਕਰ ਚਾਵੇ ਹਜਰੇ ਸਵਦ ਖਰ ਟਰ ਕੇ ਆਵੇ ਓ ਇਮਾਮ ਜੇ ਕਰ ਚਾਵੇ ਹਜਰੇ ਸਵਦ ਖਰ ਟਰ ਕੇ ਆਵੇ ਮਖਦੂਮ ਏ ਮਾਸੂਮ ਏ ਹੈ ਬਹਿਰੁਲ ਸਕਾਏ ਨੂਰੇ ਮੁਹੰਮਦ ਨੂਰੇ ਖੁਦਾਏ ਜੀਓ ਯਾ ਅਲੀ ਨਤੀਜਾ ਪੇਸ਼ ਕਰਨ ਲਾਲਾ ਜੀ ਨਤੀਜਾ ਲੈਵਾ 41 ਸ਼ੇਰ ਫਰਜ਼ਕ ਨੇ ਫਿਲ ਬੱਦੀ ਇੱਥੇ ਖੜ ਕੇ ਮੇਰੇ ਆਕਾ ਦੀ ਸ਼ਾਨ ਚ ਪੜ ਛੋੜੇ ਕਿਤਨੇ ਸ਼ੇਰ ਬੋਲੋ ਬਾਬਾ 41 ਸ਼ੇਰ ਸ਼ਾਮ ਬੇਗੈਰਤ ਦਾ ਰੰਗ ਪੀਲਾ ਹੋ ਗਿਆ ਸੜ ਭੁਜ ਗਿਆ ਆਦਾ 41 ਸ਼ੇਰ ਪੜੇ ਨੀ ਇਮਾਮ ਦੀ ਸ਼ਾਨ ਚ ਤੇ ਕੀ ਉਹ ਪੋਸੀ ਜੋ ਇੱਕ ਸ਼ੇਰ ਮੇਰੀ ਸ਼ਾਨ ਚ ਹੀ ਪੜ ਜਾ ਮੇਰੇ ਪਾਸੇ ਵੇਖਣਾ ਬਾਈ ਇੱਕ ਸ਼ੇਰ ਮੇਰੀ ਸ਼ਾਨ ਚ ਹੀ ਪੜ ਜਾ ਮੈਂ ਵੀ ਸ਼ਰੀਕਾਂ ਲਾਉ ਚਲੋ ਸੁਣ ਗਿਣ ਲੈਣ ਇਹ ਬੰਦੇ ਵਹਿੰਦੇ ਪੈਣ ਇਹ ਸੁਣ ਗਿਣ ਲੈਣ ਇੱਕ ਸ਼ੇਰ ਮੇਰੀ ਸ਼ਾਨ ਜੀ ਪੜ ਜਾ ਮੇਰੇ ਪਾਸ ਰੇਖੇ ਇੱਕ ਸ਼ੇਰ ਮੇਰੀ ਸ਼ਾਨ ਜੀ ਪੜ ਜਾਓ ਇੱਕ ਸ਼ੇਰ ਮੇਰੀ ਸ਼ਾਨ ਜੀ ਪੜ ਜਾ ਫਿਰ ਤਾਂ ਕਹਿੰਦਾ ਚਲੋ ਤੈਂ ਆਖਿਆ ਹੈ ਤੈਂ ਆਖਿਆ ਹੈ ਤਬੀਅਤ ਤਾਂ ਕੋਈ ਨਾ ਆਈ ਚਲੋ ਤੇਰਾ ਦਿਲ ਬਣ ਗਿਆ ਹੈ ਚਲੋ ਇੱਕ ਸ਼ੇਰ ਸੁਣ ਗਿਲ ਉਹ ਸਕੇ ਜਲਦੀ ਜਲਦੀ ਪੜ ਇਹ ਬੰਦੇ ਤਾਂ ਟੁਰੇ ਵੰਦੇ ਨ ਇਹ ਮੇਰੀ ਸ਼ਾਨ ਸੁਣੀ ਵੰਜੇ ਨ ਉਸ ਵੇਲੇ ਸਕੇ ਓਏ ਰੁਕੋ ਸ਼ਾਬਾਸ਼ 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 ਬਾਬਾ ਓਏ ਰੁਕੋ ਮੈਨੂੰ ਇਹਦੀ ਸ਼ਾਨ ਪੜਨ ਦਿਓ ਇਹਦੀ ਸ਼ਾਨ ਸੁਣੀ ਵੰਜੇ ਉਹ ਸਕੇ ਜਲਦੀ ਜਲਦੀ ਪੜ ਉਹ ਸਕੇ ਪੜਦਾ ਤਾਂ ਪੀਆਂ ਉਹ ਸਕੇ ਜਲਦੀ ਜਲਦੀ ਪੜ ਕਿਆ ਪਿਆ ਪੜਦਾ ਉਸ ਵੇਲੇ ਫਰਜ਼ਕ ਇਹਦੀ ਅੱਖ ਚੱਕ ਪਾ ਕੇ ਅੱਜ ਸ਼ਾਮ ਦੇ ਪਾਸੇ ਦੇਖ ਕੇ ਗੱਲ ਕਰੀ ਦੇ ਕਿ ਭਾਈ ਤੇਰਾ ਸ਼ਾਨ ਕਿਆ ਤੇਰਾ ਕਿਆ ਕਸੀਦਾ ਤੂੰ ਹੈ ਮੁਨਾਫਿਕ ਦੁਸ਼ਮਨ ਅਲੀ ਦਾ
ਜਿੰਦਰ ਮੌਲਾ ਤੁਨ ਨਹੀਂ ਕਾਦਰ ਮੌਲਾ ਤੁਨ ਰੰਗ ਲਾਵੇ ਇਮਾਮ ਹੁਸੈਨ ਸਰਦਾਰ ਤੁਹਾਨੂੰ ਕਿਸੇ ਦਾ ਮੁਹਤਾਜ ਨਾ ਕਰਨ ਇੱਕ ਅਸੀਂ ਤਾਂ ਹੋਰ ਸੁਣਵਾਈਏ ਹਾਂ ਸੁਣਾਈਏ ਹੈ ਪੁਰਾਣਾ ਕਸੀਦਾ ਹੀ ਪੜਾਂਗੇ ਮੈਨੇ ਪਹਿਲੋਂ ਪੁੱਛਣ ਡੇ ਮੌਲਾ ਅਲੀ ਦੀ ਆਮਦ ਤੋਂ ਪਹਿਲੇ ਕਾਬੇ ਚ ਆਮਦ ਤੋਂ ਪਹਿਲੇ ਤੇਰਾ ਰਜਬ ਉਲ ਮੁਰਜਬ ਤੋਂ ਪਹਿਲੇ ਬੈਠੇ ਹੋ ਜਾ ਪਾਕ ਨਬੀ ਹਰ ਨਮਾਜ਼ ਦੇ ਬਾਅਦ ਇੱਕ ਦੁਆ ਮੰਗਦੇ ਹਨ ਉਹ ਦੁਆ ਸੁਣਾ ਵਾ ਇੱਕ ਦੁਆ ਨਬੀਏ ਪਾਕ ਇੱਕ ਦੁਆ ਮੰਗਦੇ ਹਨ ਮੇਰਾ ਦਿਲ ਏ ਮੈਂ ਤਾਂ ਕੂਆ ਦੁਆ ਸੁਣਾ ਨਬੀਏ ਪਾਕ ਦੁਆ ਕਿਹੜੀ ਮੰਗਦੇ ਨੇ ਬਾਬੇ ਦਿਲ ਚਾਹੁੰਦਾ ਏ ਰੱਬ ਸੋਹਣਾ ਮੇਰਾ ਐਸਾ ਭੀਰਾ ਹੋਵੇ ਸਤਕੇ ਦਿਲ ਚਾਹੁੰਦਾ ਰੱਬ ਸੋਹਣਾ ਮੇਰਾ ਐਸਾ ਭੀਰਾ ਹੋਵੇ ਨਹੀਂ ਬਾਈ ਹੁਣੇ ਮੈਂ ਯਾ ਸੱਤਰ ਪੜ੍ਹੀ ਹੈ ਬਾਬੇ ਜਮੀਲ ਅਬਾਸ ਗਰਦੇ ਜੀ ਸਾਹਿਬ ਕੋਲ ਪਤਾ ਨਹੀਂ ਕਿਤਨੀ ਵਾਰ ਮੈਂ ਸੱਤਰ ਪੜ੍ਹੀ ਹੈ ਬਾਈ ਤਸਵਰ ਮੌਜੂਦ ਹਨ ਹੋਵੇ ਸਾਜਾ ਵਲੀ ਸਾਜਾ ਹੋਵੇ ਸਾਜਾ ਵਲੀ ਸਾਜਾ ਤੇਰੇ ਮੇਰੇ ਜੀਆ ਹੋਵੇ ਅਲੀ ਹੋਵੇ ਸਾਂਝਾ ਵਲੀ ਸਾਡਾ ਮੈਨੂੰ ਤਾਂ ਨਹੀਂ ਪਤਾ ਕਿਹੜੇ ਬੰਦੇ ਅਲੀ ਬਾਦਸ਼ਾਹ ਨੂੰ ਇੱਥੋਂ ਪਿਆਰ ਕਰਦੇ ਤੇ ਕਿਹੜੇ ਇੱਥੋਂ ਕਰਦੇ ਹੁਣ ਸ਼ੇਰ ਤੇ ਪਤਾ ਚੱਲਵੇ ਸੀ ਡਰ ਮੇਰੇ ਚੋਂਜੀ ਬਹਿਣ ਵੀਰਾ ਪੈਦਾ ਨਹੀਂ ਕੀਤਾ ਜਿਸ ਦਾ ਖਾਵਣੇ ਉਸ ਦਾ ਗਾਉਣੇ ਹੋਵੇ ਸਾਂਝਾ ਵਲੀ ਸਾਡਾ ਤੇਰੇ ਮੇਰੇ ਜੀਆ ਹੋਵੇ ਰਿਜ਼ਕ ਬਹਿਣ ਵੀਰਾ ਦੀ ਜੁੱਤੀ ਥੱਲੇ ਸਰ ਚਾਓ ਮੇਰੇ ਪਾਸੇ ਦੇਖੋ ਹੋਵੇ ਸਾਂਝਾ ਵਲੀ ਸਾਡਾ ਤੇਰੇ ਮੇਰੇ ਜੀਆਂ ਹੋਵੇ ਆਵਾਜ਼ ਕੁਦਰਤ ਆਈ ਮੇਰਾ ਨਬੀ ਸੋਹਣਾ ਨਬੀ ਹੋਰ ਦੱਸਾ ਹੋਵੇ ਸਾਂਝਾ ਵਲੀ ਸਾਡਾ ਤੇਰੇ ਮੇਰੇ ਜੀਆਂ ਹੋਵੇ ਕੁਝ ਹੋਰ ਦੱਸਾ ਹੋਰ ਕਿਆ ਚਾਹੁੰਦਾ ਮੇਰੇ ਅੱਖ ਦੀ ਆਵਾਜ਼ ਆਈ ਮੇਰਾ ਸੋਹਣਾ ਅੱਲਾ ਮੇਰਾ ਕਰੀਮ ਅੱਲਾ ਮੈਂ ਕੁਝ ਹੋਰ ਚਾਹੁੰਦਾ ਮੇਰੇ ਪਾਸ ਲਿਖਾ ਹੈ ਮੈਂ ਕੁਝ ਹੋਰ ਚਾਹੁੰਦਾ ਮੈਂ ਬੇਸੂਰਾ ਤਾਂ ਨਹੀਂ ਥੀ ਅਖੜਾ ਹੈ ਆਓ ਲਾਲੇ ਆਓ ਮੇਰੇ ਮਹਿਮਾਨ ਮੈਂ ਮੱਠਾ ਮੱਠਾ ਖੜਾਂ ਵੀ ਬਾਈ ਜਾਨ ਆ ਵਜਣ ਮੁੜ ਦਿਖਿਓ ਬਾਈ ਸਾਂ ਤਵੱਜੋ ਉਂਝ ਮੈਂ ਨਾਨ ਸਟਾਪ ਜਾ ਕੇ ਤੂੰ ਸਹੀ ਬਣਾਇਆ ਨਾ ਤਵੱਜੋ ਦਾ ਥਾਲੇ ਬਾ ਮੇਰਾ ਸੋਹਣਾ ਲਾ ਮੈਂ ਕੁਝ ਹੋਰ ਚੰਨ ਮੇਰੇ ਪਾਸੇ ਦੇਖਣਾ ਬਾਈ
मैं कुछ हो चाहना हूँ लाला जी आवाज कुदरत आई मेरा हबीब क्या चाहना है पाक मोहम्मद अल्लाह दी बारगाह च गल कहनी है भाई आवे तेरे घर अंदर मैं पाला घर अपने खड़ा है दरी जियो जिंदगियां मौला तुनु नंगला वे अगला शेर पढ़िए सुनाइए वीरन मैनू ने एक शेर सुनावा हलालिया मवालिया दे कलेजे ठर वंजन आवाज कुदरत आई मेरा हबीब होर दसा होर क्या चाहना है ਇਹ ਸ਼ੇਰ ਉਹਨਾਂ ਬੰਦਿਆਂ ਵਾਸਤੇ ਜਿਹੜੇ ਬੰਦੇ ਵਜਹੁੱਲਾ ਤੋਂ ਵਾਕਿਫ ਹੈ ਕੀ ਬਾਤ ਹੈ ਭਾਈ ਕੀ ਬਾਤ ਹੈ ਬਾਬਾ ਸਦਕੇ ਹੋ ਵਣੀ ਇਹੋ ਕੁਝ ਸ਼ੇਰ ਦੀ ਨਸਰ ਹੈ ਜਿਹੜੇ ਬੰਦੇ ਵਜਹੁੱਲਾ ਤੋਂ ਵਾਕਿਫ ਹੈ ਉਹ ਬਸ ਇੱਕ ਲਫ਼ਜ਼ ਸਤਰ ਚ ਮੁਖੜਾ ਮੁਖੜਾ ਚਿਹਰਾ ਮੁਖੜਾ ਜ਼ਿਹਨ ਚ ਰਵੇ ਤੇ ਸ਼ੇਰ ਪੜਾਂ ਮੇਰਾ ਅੱਲਾਹ ਮੈਂ ਕੁਝ ਹੋਰ ਚਾਹਨਾ ਆਵਾਜ਼ ਦੇ ਕੁਦਰਤ ਆਈ ਹੋਰ ਦੱਸਾਂ ਮੇਰਾ ਹਬੀਬ ਕਿਆ ਚਾਹਨਾ ਹੈ ਪਾਕ ਮੁਹੰਮਦ ਗੱਲ ਕਰਨੀ ਦਿੰਦੇ ਭਾਈ ਅਸੀਂ ਐਸਾ ਹੋਵੇ ਕੇ ਉਹ ਹੋਵੇ ਕੁਰਾਨ ਦੀ ਸੂਰਤ ਕਿੱਥੇ ਵੰਜ ਪੜਾਂ ਯਾਰ ਹੋਵੇ ਈਮਾਨ ਦੀ ਸੂਰਤ ਹੋਵੇ ਇਮਰਾਨ ਦੀ ਸੂਰਤ ਹੋਵੇ ਈਮਾਨ ਦੀ ਸੂਰਤ ਹੋਵੇ ਇਮਰਾਨ ਦੀ ਸੂਰਤ ਸ਼ਬੀ ਹੋਵੇ ਮੇਰੀ ਪੂਰੀ ਸ਼ਬੀ ਹੋਵੇ ਮੇਰੀ ਪੂਰੀ ਮਗਰ ਮੁਖੜਾ ਤੇਰਾ ਹੋਵੇ ਜਿਹੜੇ ਬੋਲ ਸਕਦੇ ਉਹ ਬੰਦੇ ਬੁਲਾ ਰਿਆਇਤ ਨਹੀਂ ਕਰਨੀ ਜੀਨੇ ਰਹੋ ਮੌਲਾ ਤੁਹਾਨੂੰ ਰੰਗ ਲਾਵੇ ਸਦਾ ਸੁਖੀ ਰਹੋ ਹਾਂ ਦੇਖੋ 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 ਖੈਰ 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 ਹਾਂ ਪੜਦਾ ਖੜਾ ਪਹਿਲੇ ਬਾਬਾ ਜੀ ਮੇਰੇ ਕੋ ਪੁੱਛ ਲਓ ਸੁਣਦੇ ਹਨ ਜਿੰਦਰੋ ਪੁਰਾਣਾ ਕਸੀਦਾ ਲਾਲਾ ਬਾਰ ਬਾਰ ਆਦਾ ਬਜ਼ੁਰਗ ਬਾਵੇ ਹੋਰੀ ਬਾਰ ਬਾਰ ਆਦਨ ਤੇ ਕਿਨਾ ਸੱਜਣਾਂ ਦੇ ਚਿਹਰੇ ਦੱਸੇ ਦੇਣ ਬਈ ਪੁਰਾਣਾ ਕਸੀਦਾ ਸੁਣ ਤੇ ਬਾਬਾ ਜੀ ਦਿਖਾਇਦਾ ਪਿਆ ਤੁਸੀਂ ਦੇਖੋ ਸਹੀ ਪੇ ਥੀਂਦਾ ਕੇ ਤੁਸੀਂ ਸਲਵਾਤ ਕਰੋ ਫੱਟੀਆਂ ਵਾਲੇ ਤਾਂ ਠੱਠ ਡਾਢੀ ਹੈ ਤੇ ਬਹਰਲ ਮੈਂ ਕੁਝ ਨਾ ਕੁਝ ਕੋਸ਼ਿਸ਼ ਕਰੇ ਨਾ ਮਖਦੂਮ ਸਾਹਿਬ ਵੀ ਦੁਆ ਕਰੇ ਸਨ ਚਾਚੋ ਵੀ ਦੁਆ ਕਰੇ ਸਨ ਅਤੇ ਸੱਤਰ ਅੱਲਾ ਕਰੇ ਸੀ ਨਿਭਾ ਕੇ ਸੋ ਬਾਈ ਮੁਰਤਜ਼ਾ ਆ ਗਏ ਅਤੇ ਉਹ ਵੀ ਦੁਆ ਕਰੇ ਸਨ ਉਹਨਾਂ ਨੂੰ ਹੀ ਸ਼ੇਰ ਸੁਣਾਉਣਾ ਤੁਹਾਨੂੰ ਵੀ ਸੁਣਾਉਣਾ ਅਤੇ ਪ੍ਰੋਗਰਾਮ ਹੈ ਤੇ ਮੈਨੂੰ ਮੇਰੇ ਵਤਨ ਢੇਰ ਸਾਰੀ ਦੁਆ ਕਰ ਛੋੜੀ ਮੈਂ ਰਾਜ਼ੀ ਪਿਆ ਵੇਨਾ
ਜਿਹਦੀ ਤਾਜ ਪੁਸ਼ੀ ਦੀ ਰਸਮ ਦੇ ਵਿੱਚ ਹੱਥ ਰੋਜ ਗਾਏ ਆਉਣ ਦੀ ਆਉਣ ਦਿਮਾ ਨਹੀਂ ਸਕੀ ਭੇਣ ਸੁਜਾਣ ਸਗੀ ਜੇ ਕੋ ਸ਼ਾਮ ਚ ਵੱਲਣ ਦੇ ਵੱਲਣ ਦੇ ਬਾਦ ਸੱਜਦ ਮੈਂ ਤੇਰੀ ਬਾਣੀ ਦਾ ਬਾਲਾ ਨੌਕਰਾਂ ਬਾਈ ਨਹੀਂ ਸਕੀ ਭੇਣ ਸੁਜਾਣ ਸਗੀ ਜੇ ਕੋ ਸ਼ਾਮ ਚ ਵੱਲਣ ਦੇ ਵੱਲਾਂ ਦੇ ਬਾਦ ਮੈਂ ਪਿਆਦਾ ਕੰਡਿਆਂ ਤੇ ਟੁਰਨ ਵਾਲੇ ਨੂੰ ਜ਼ਹਾਰ ਮਿਲ ਗਈ ਹਾਏ ਜਿਵੇਂ ਸੁਣ ਤੇਰੀ ਮਰਜ਼ੀ ਏ ਦੋ ਬੰਦੇ ਮਜਲਿਸ ਹੁਸੈਨ ਚ ਨਹੀਂ ਰੋਂਦੇ ਪਹਿਲਾ ਬੰਦਾ ਉਹ ਨਹੀਂ ਰੋਂਦਾ ਜੇਕੋ ਇਹ ਪਤਾ ਨਹੀਂ ਜੋ ਅਲੀ ਬਾਦਸ਼ਾਹ ਦੀ ਧੀ ਦੇ ਬਰੁਕੇ ਦੀ ਕਦਰ ਕਿਤਨੀ ਹੈ ਦੂਜਾ ਬੰਦਾ ਉਹ ਨਹੀਂ ਰੋਂਦਾ ਜਿਹਨੂੰ ਇਹ ਪਤਾ ਨਹੀਂ ਜਿਹੜੀ ਬਾਬੇ ਨਾਲ ਨਹੀਂ ਭੁਲੈਂਦੀ ਅੱਲਾ ਜਾਣੇ ਨੌ ਲੱਖ ਬਦਮਾਸ਼ ਚ ਕਿਵੇਂ ਆਦੀ ਰਹੀ ਹੈ ਉਹ ਮੈਂ ਬਾਗੀ ਦੀ ਨਹੀਂ ਮੈਂ ਨਮਾਜ਼ੀ ਦੀ ਭੈਣ ਹਾਂ ਔਰ ਮਿਲੀ ਹੋਈ ਏ ਪੜ੍ਹਨ ਵਾਲੇ ਪੜ੍ਹਦੇ ਨੇ ਜੋ ਜਿਗਰ ਕਪੀ ਕਪੀ ਕੇ ਬਹਿਰ ਪਿਆ ਆਈ ਤੇਰੇ ਕੋਲ ਪੁੱਛਦਾ ਜਿਹੜਾ 40 ਸਾਲ ਰਾਤ ਰੋਣਾ ਉਹਦਾ ਜਿਗਰ ਬਚ ਗਿਆ ਆਈ ਬੋਲ ਮਿੰਬਰ ਦੀ ਕਸਮ ਜਿਗਰ ਦੇ ਟੁਕੜੇ ਨੇ ਜਿਹੜਾ ਮੂੰਹ ਚ ਖੂਨ ਆਈ ਅੱਖੇ ਚ ਖੂਨ ਆਈ ਨਹੀਂ ਮੇਰਾ ਜਿਗਰ ਦੇ ਟੁਕੜੇ ਨੇ ਇਹ ਹਨ ਫੁੱਫੀ ਦੀ ਚਾਦਰ ਦੇ ਟੁਕੜੇ ਹਾਏ 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 ਧੀਆਂ ਰੋਂਦੀਆਂ ਪਈਆਂ ਪੁੱਤਰ ਹੀ ਰੋਂਦੇ ਪਏ ਵਾਤੀ ਕਈ ਕਈ ਲੈ ਬਿਸਤਰ ਤੇ ਉੱਠੀ ਬੰਦਾ ਅਸਮਾਨ ਦੇਖਿਆ ਮੇਰਾ ਅੱਲਾ ਅੱਜ ਕੋਈ ਮੇਰੀ ਆਲੀ ਅਜਿਹੀ ਭੇਣ ਹੋਵੇ ਮਿੰਬਰ ਦੀ ਕਸਮ ਜਵੈਣ ਨਹੀਂ ਮੁਕਾ ਜਾਂ ਪਾਸ ਨਾਲੋਂ ਆਵਾਜ਼ ਆਈਏ ਨਰੋ ਮੈਂ ਆਈ ਬੈਠੀਆਂ ਸਦਕੇ ਥੀ ਪਵਾਂ ਨਰੋ ਮੈਂ ਆਈ ਤੂੰ ਬੜਾ ਰੋਸੇ ਨਰੋ ਮੈਂ ਆਈ ਬੈਠੀਆਂ ਵਤ ਮੇਰੇ ਇਮਾਮ ਦੀ ਆਵਾਜ਼ ਆਉਂਦੀ ਹੈ ਬਾਕਰ ਬਚੜਾ ਜੀ ਬਾਬਾ ਗਰੀਬਾਂ ਦੇ ਮੇਰੇ ਨੇੜੇ ਆ ਮੇਰੀਆਂ ਆਖਰੀ ਵਸੀਤਾਂ ਸੁਣ ਮੇਰੇ ਦੂਰ ਦੇ ਮਹਿਮਾਨ ਆ ਗਏ ਮੇਰੇ ਆਕਾ ਦੀ ਆਵਾਜ਼ ਆਉਂਦੀ ਹੈ ਬਾਬਾ ਮਰਨਾ ਵੀ ਆਓ ਉਸ ਵੇਲੇ ਮਰ ਗਿਆ ਮੈਂ ਆਓ ਜਦੋਂ ਪੁਰਖ ਵਧੀ ਮੰਗਦੀ ਹੈ ਬਾਬਾ ਉਹ ਮਰਨਾ ਵੀ ਆਓ ਉਸ ਵੇਲੇ ਮਰ ਗਿਆ ਮੈਂ ਆਓ ਜਦੋਂ ਉੱਠ ਤੂੰ ਪਹਿਲਾਂ ਦੀ ਆਈ ਸੈਯਦਾ ਦੇ ਅਗਰ ਇੰਜ ਯਕੀਨ ਆਵੀ ਦਰਵਾਜ਼ੇ ਵਾਲੇ ਪਾਸੇ ਦੇਖ ਮੇਰੇ ਪੰਜਵੇਂ ਵਾਮ ਨਿੱਠੇ ਪਿਓ ਤੇ ਆਓ ਕੇ ਜਾਣ ਪਏ ਸੈਯਦਾ ਦੇ ਕਿਆ ਨਿੱਠਈ ਆਦੇ ਬਾਬਾ ਕਿਆ ਦੱਸਵਾ ਉਹ ਦੇਖ ਡਾਡਾ ਹੁਸੈਨ ਆਇਆ ਖੜੇ ਬਾਈ ਵਦਾ ਕਿਆ ਦਾ ਖੜੇ ਸਜਾਦ ਜਲਦੀਆ ਮੈਂ ਘਿਨਣ ਆਇਆ ਸਦਕੇ 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 ਜਲਦੀ ਆਓ ਬਸ ਆਖਰੀ ਦੋ ਐਣ ਜਲਦੀ ਆ ਮੈਂ ਤੈਨੂੰ ਘਿਨਣ ਆਇਆ ਬਾਕਰ ਮੇਰੀ ਪਹਿਲੀ ਵਸੀਅਤ ਮੈਨੂੰ ਗੁਸਲ ਆਪ ਦੇਵੇਂ ਕਿਉਂ ਬਾਬਾ ਗਰੀਬਾ ਦਾ ਤੈਨੂੰ ਜ਼ਖਮਾਂ ਦਾ ਪੁੱਤਰ ਅੱਛਾ ਬਾਬਾ ਗਰੀਬਾ ਦੇ ਮੈਨੂੰ ਕਫਨ ਆਪ ਰਵੇ ਅੱਛਾ ਬਾਬਾ ਉਹ ਵਤਨ ਲਿਓ ਮਰ ਵਜਾ ਲਫ਼ਸ ਮੈਂ ਨਾ ਖਾ ਪੰਜਵੇਂ ਇਮਾਮ ਰਿਵਾਇਤ ਕਰੇਂਦੇ ਮੇਰਾ ਬਾਬਾ ਗੁਸਲ ਲੈ ਘਟ ਰੁਨੇ ਉਵੇਂ ਲੈ ਸ਼ਾਮ ਵਾਲੇ ਜ਼ਖਮ ਤਾਜ਼ੇ ਜਦਾਂ ਮੈਂ ਕਫਨ ਪਵਾਇਆ
ਮੈਂ ਆਖਿਆ ਬਾਬਾ ਹੁਣ ਤਾਂ ਰਾਤ ਰੋ ਕਹਿੰਦੀ ਬੇਕਫਨੀ ਕੁਪਰ ਰੋਂਦੇ ਹੋ ਪੰਜਵਾਂ ਇਮਾਮ ਰਿਵਾਇਤ ਕਰਦਾ ਬਾਬੇ ਦੇ ਕਫਨ ਦੇ ਬੰਦ ਖੁੱਲ ਗਏ ਆਵਾਜ਼ ਆਈ ਬਾਕਿਰ ਬਚੜਾ ਤੂੰ ਜਵਾ ਦੇ ਰਾਤ ਰੋਕ ਰਾਤ ਕਿਵੇਂ ਰੋਕਾ ਦੱਸ ਬਾਕਿਰ ਰਾਤ ਕਿਵੇਂ ਰੋਕਾ ਦੱਸ ਬਾਕਿਰ ਰਾਤ ਕਿਵੇਂ ਰੋਕਾ ਦੱਸ ਬਾਕਿਰ ਰਾਤ ਕਿਵੇਂ ਰੋਕਾ ਤੂੰ ਜਵਾ ਦੇ ਰਾਤ ਰੋਕ ਰਾਤ ਕਿਵੇਂ ਅੱਖੀਆਂ ਚੋਂ ਵਹਦੀ ਹੈ ਰਾਤ ਕਿਵੇਂ ਰੋਕਾਂ ਦੱਸ ਬਾਕਿਰ ਬੇਵਸ ਅੱਖੀਆਂ ਚੋਂ ਵਹਦੀ ਹੈ ਮੈਨੂੰ ਇੰਜ ਲੱਗਦਾ ਬਦਮਾਸ਼ਾਂ ਵਿੱਚ ਮੈਨੂੰ ਇੰਜ ਲੱਗਦਾ ਬਦਮਾਸ਼ਾਂ ਵਿੱਚ ਮੇਰੀ ਮਾਂ ਪਈ ਉੱਠ ਤੂੰ ਲਾਂਦੀ ਹੈ ਸਦਕੇ ਥੀਵਾਂ ਇਹ ਇੰਜ ਹੱਕ ਬਣਦਾ ਜਿਹੜਾ ਬੰਦਾ ਅਜੇ ਤੱਕ ਨਹੀਂ ਰੁਣਨਾ ਨਹੀਂ ਮੇਰਾ ਜਿਹੜੇ ਪਿਓ ਔਲਾਦ ਬੈਠੇ ਹੋ ਝੋਲੀ ਚਾ ਬਵੈ ਮਖਦੂਮ ਸਾਹਿਬ ਮੈਂ ਨੌਕਰ ਹਾਂ ਪੰਜਵੇਂ ਇਮਾਮ ਆਦਾ ਬਾਬਾ ਬਾਬਾ ਸ਼ਾਮ ਨਹੀਂ ਮਦੀਨਾ ਬਾਬਾ ਮੈਂ ਫਰਦਾ ਕੋਈ ਆਖਰੀ ਹਸਰਤ ਮੇਰੇ ਦੇਖੇ ਕੋਈ ਆਖਰੀ ਹਸਰਤ ਕੋਈ ਆਖਰੀ ਖਾਹਿਸ਼ ਚੌਥੇ ਇਮਾਮ ਦੀ ਆਵਾਜ਼ ਆਉਂਦੀ ਹੈ ਬਾਕਿਰ ਬਚੜਾ ਜੇ ਹਸਰਤ ਪੁੱਛੀ ਜਿਹੜੇ ਸੈਦ ਬੈਠੇ ਹੋ ਜਿੱਥੇ ਬਾਬਲੀ ਜਾ ਉਹ ਜਲਦੀ ਏ ਪੰਜਵੇਂ ਇਮਾਮ ਦੇ ਬਾਬਾ ਕੋਈ ਆਖਰੀ ਹਸਰਤ ਸੈਦਾ ਦੇ ਜੇ ਪੁੱਛੀ ਤਾਂ ਮੇਰੀ ਹਸਰਤ ਸੁਣ ਮੇਰਾ ਇਮਾਮ ਨੂੰ ਰੋਕਿਆ ਦੇ ਬਾਕਿਰ ਇਹ ਹਸਰਤ ਮੈਨੂੰ ਕਰੀਆ ਬਾਬਾ ਮੇਰਾ ਜਨ ਬਾਹਰ ਇਹ ਗੱਲ ਤਾਂ ਦਿਲ ਕੋ ਖਾਂਦੀ ਏ ਮੇਰੇ ਮਜ਼ਹਬ ਵਿੱਚ ਮਾਤਮ ਜਾਇਜ਼ ਏ ਮੇਰੇ ਪਾਸੇ ਦੇਖਣੇ ਆਖਰੀ ਵੇਣ ਮਖਦੂਮ ਸਾਹਿਬ ਜਿਹੜਾ ਬੰਦਾ ਅਜੇ ਤੱਕ ਨਹੀਂ ਰੁਣਾ ਇਹ ਮੇਰੀ ਨੀਤੀ ਹੋਈ ਨਮਾਜ਼ ਪਹਿਲੇ ਹਲਾਲੀ ਤੋਂ ਲੈ ਕੇ ਆਖਰੀ ਮਵਾਲੀ ਤੱਕ ਇਸੇ ਵੇਣ ਤੇ ਮਜਲਸਾਂ ਮੁੱਕੀਆਂ ਮਖਦੂਮ ਸਾਹਿਬ ਪੰਜਵੇਂ ਇਮਾਮ ਦਾ ਬਾਬਾ ਵੋ ਤੁਹਾਨੂੰ ਕਫਨ ਪਵਾ ਕੇ ਤੁਹਾਨੂੰ ਸੋਹਣਾ ਕਫਨ ਪਵਾ ਕੇ ਮੈਂ ਸ਼ੁਕਰ ਦੀ ਤਸਬੀਹ ਖੜਾ ਪੜਦਾ ਬਾਬਾ ਤੁਹਾਨੂੰ ਕਫਨ ਤਾਂ ਮਿਲ ਗਈ ਏ ਸੈਯਦਾ ਦੇ ਬਾਕਿਰ ਬਚੜਾ ਜ਼ਰੀ ਝਿਕੋ ਮੇਰੇ ਇਮਾਮ ਬਾਬੇ ਤੇ ਝੁਕਾ ਸੈਯਦਾ ਦੇ ਤੂੰ ਤਾਂ ਤਸਬੀਹ ਖੜਾ ਪੜਦਾ ਏ ਆ ਜ਼ਰਾ ਮੇਰੀ ਹਸਰਤ ਸੁਣ ਤੇਰੇ ਪਿਓ ਕੋ ਕਫਨ ਤਾਂ ਮਿਲ ਗਿਆ ਏ ਬੇ ਕਫਨ ਮੈਂ ਭੈਣ ਸਮਾਈ ਹੈ ਤੇਰੇ ਮਜ਼ਹਬ ਵਿੱਚ ਮਾਤਮ ਜਾਇਜ਼ ਏ ਮਿਲ ਗਿਆ ਏ ਬੇ ਕਫਨ ਮੈਂ ਭੈਣ ਸਮਾਈ ਹੁੰਦੇ ਜ਼ਖਮ ਸੱਜਾ ਦੇ ਨਹੀਂ ਧੋ ਸਕਿਆ ਉਹੀ ਚੋਲੇ ਵਿੱਚ ਦਫਨਾਈ ਹੈ ਮਾਲਿਕ ਇਸ ਦੀ ਅਦਾ ਫਰਮਾਏ।